ਇਹ ਕੀ ਕਰਨ ਦੀ ਆ, ਇਹ ਕੀ ਪਾਗਲ ਜੀ ਸਾਰੇ ਜਣੇ ਘੈਂਟ ਹੋਵੋਗੇ ਤੇ ਅੱਜ ਫਾਈਨਲੀ ਇੱਥੇ ਵੀ ਸਨੋ ਪੈ ਚੁੱਕੀ ਆ। ਅੱਜ ਆਪਾਂ ਵਲੌਗ ਬਣਾਵਾਂਗੇ ਕਿਉਂਕਿ ਪਿਛਲੀ ਵਾਰ ਥੋੜੀ ਜਿਹੀ ਸਨੋ ਪਈ ਪਰ ਇਸ ਵਾਰ ਜਿਹੜੀ ਪਈ ਆ ਜ਼ਬਰਦਸਤ ਸਨੋ ਪਈ ਆ। ਸੋ ਇਸ ਵਾਰੀ ਆਪਾਂ ਸੋਚਿਆ ਆਪਾਂ ਵਲੌਗ ਬਣਾਉਂਦੇ ਹਾਂ ਅਤੇ ਅੱਜ ਦੇ ਵਲੌਗ ਨਾਲ ਐਂਡ ਤੱਕ ਜੁੜੇ ਰਹੋ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਵੀ। ਅਤੇ ਠੰਡ ਹੱਦੋਂ ਵੱਧ ਹੋ ਚੁੱਕੀ ਆ ਬਹੁਤ ਜ਼ਿਆਦਾ, ਆਪਾਂ ਸਗੋਂ ਕਹਿੰਦੇ ਪਏ ਸੀਗੇ ਕਿ ਇੱਥੇ ਉਸ ਲੈਵਲ ਦੀ ਠੰਡ ਨਹੀਂ ਪੈ ਰਹੀ ਜਿਸ ਲੈਵਲ 'ਤੇ ਪਿਛਲੇ ਸਾਲ ਪਈ ਸੀਗੀ, ਪਰ ਹੁਣ 2 ਦਿਨ ਤੋਂ ਬਹੁਤ ਜ਼ਿਆਦਾ ਠੰਡ ਹੋ ਚੁੱਕੀ ਆ। ਅਤੇ ਚਲੋ ਆਪਾਂ ਚੱਲਦੇ ਹਾਂ ਬਾਹਰ, ਫਿਰ ਬਾਹਰ ਜਾ ਕੇ ਤੁਹਾਨੂੰ ਸਨੋਅ ਦਿਖਾਉਂਦੇ ਹਾਂ। ਵੈਸੇ ਮੈਂ ਹੁਣੇ ਹੁਣੇ ਕੰਮ ਤੋਂ ਆਈ ਸੀਗੀ ਅਤੇ ਕੱਲ੍ਹ ਨੂੰ ਵੀ ਕੰਮ 'ਤੇ ਜਾਣਾ, ਕੰਮ 'ਤੇ ਸਾਰੇ ਦਿਨ ਨਿਕਲਦੇ ਆ। ਅਤੇ ਚਲੋ ਫਿਰ ਆਪਾਂ ਬਾਹਰ ਚੱਲਦੇ ਹਾਂ, ਥੋੜ੍ਹੇ ਰੈਡੀ ਵਗੈਰਾ ਹੋ ਕੇ ਚੱਲਦੇ ਹਾਂ। ਮੈਂ ਰੈਡੀ ਹੋਣਾ ਕਿਉਂਕਿ ਮੈਂ ਬਾਹਰ ਜਾ ਕੇ ਰੀਲਸ ਬਣਾਉਣੀਆਂ ਵਾਂ। ਸੋ ਤਿਆਰ ਹੋਣ ਨੂੰ ਜੀ ਤਾਂ ਨਹੀਂ ਕਰਦਾ ਠੰਡ 'ਚ ਇੰਨੀ, ਪਰ ਹੋਣਾ ਪੈਂਦਾ ਨਾ ਫਿਰ ਵੀਡੀਓ ਬਣਾਉਣੀ ਆ। ਪਾਗਲ ਹੋ ਗਈ ਦੱਸ ਲੈ ਚੱਲ ਆ ਜਾ ਹੁਣ, ਐ ਠੰਡ ਨਾਲ ਵਾਲੀ ਆਇਆ ਆਇਆ ਇੱਕ ਵਾਰੀ ਵੇਖੋ ਤੇ ਸਹੀ। ਚੱਲ ਆ ਜਾ ਹੁਣ ਚਲੀਏ, ਠੰਡ ਬਹੁਤ ਆ। ਮੈਨੂੰ ਇੰਨੀ ਸੋਹਣੀ ਲੱਗਦੀ ਪਈ ਨਾ, ਪਰ ਸਵੇਰੇ ਜਦੋਂ ਮੈਂ ਉੱਠ ਕੇ ਕੰਮ ਤੇ ਜਾਣਾ ਨਾ, ਮੈਨੂੰ ਇਹ ਸੋਹਣੀ ਨਹੀਂ ਲੱਗਣੀ। ਹੁਣ ਮੈਨੂੰ ਬਹੁਤ ਸੋਹਣੀ ਲੱਗ ਰਹੀ ਆ, ਪਰ ਠੰਡ ਵੀ ਲੱਗ ਰਹੀ ਆ। ਅੰਦਰ ਚਲੀਏ, ਚਲੋ ਮੇਰੀ ਰੀਲ ਬਣਾ ਲਓ ਫਿਰ ਇੱਕ। ਠੀਕ ਆ ਠੀਕ ਆ। ਸਾਡਾ ਨਾ ਬੜਾ ਦਿਲ ਕਰਦਾ ਪਿਆ ਸੀ ਅੱਜ ਕੁਛ ਬਾਹਰ ਦਾ ਖਾਣਾ, ਕਿਉਂਕਿ ਸਾਨੂੰ ਕਾਫੀ ਟਾਈਮ ਹੋ ਗਿਆ ਆਪਾਂ ਬਾਹਰ ਦਾ ਕੁਛ ਨਹੀਂ ਖਾਧਾ। ਵਿੱਚ ਆਪਾਂ ਜਦੋਂ ਬਿਮਾਰ ਪੈ ਗਏ ਆਪਾਂ ਬਹੁਤ ਪਰਹੇਜ਼ ਕੀਤਾ ਕਿ ਆਪਾਂ ਬਾਹਰ ਦੀ ਚੀਜ਼ਾਂ ਨਹੀਂ ਖਾਣੀਆਂ। ਸੋ ਜਦੋਂ ਮੌਸਮ ਵਧੀਆ ਤਾਂ ਜੀ ਕਰਦਾ ਯਾਰ ਕੁਛ ਬਾਹਰ ਦਾ ਵਧੀਆ ਜਿਹਾ ਖਾਂਦੇ ਹਾਂ। ਅਤੇ ਫਿਰ ਆਪਾਂ ਔਡਰ ਕੀਤਾ ਸੀਗਾ ਹੁਣੇ, ਅਤੇ ਹੁਣੇ ਹੁਣੇ ਮੈਨੂੰ ਮੇਲ ਆਈ ਆ ਗਿਆ ਹੋਇਆ, ਅਤੇ ਆਪਾਂ ਚੱਲਦੇ ਹਾਂ ਲੈਣ ਵਾਸਤੇ। ਫਿਰ ਆਪਾਂ ਤੁਹਾਨੂੰ ਦੱਸਦੇ ਆਪਾਂ ਕੀ ਮੰਗਵਾਇਆ। ਮੇ ਬੀ ਆਹੀ ਵਲੌਗ ਆਪਾਂ ਕੱਲ੍ਹ ਵੀ ਕੰਟੀਨਿਊ ਕਰਾਂਗੇ, ਹੈ ਨਾ ਯਾਰ। ਸੱਚੀ ਸੜਕਾਂ ਇੰਨੀਆਂ ਜ਼ਿਆਦਾ ਸਲਿਪਰੀ ਆ ਨਾ। ਚਲੋ ਜੀ ਆਪਾਂ ਇੱਕ ਮੰਗਾਈ ਆ ਸਮੋਸਾ ਚਾਟ, ਆਲੂ ਟਿੱਕੀ ਤੇਰੀ, ਹਾਂ ਇਹ ਮੇਰੀ ਆ, ਇੱਕ ਆਲੂ ਟਿੱਕੀ ਚਾਟ, ਸਮੋਸਾ ਚਾਟ ਤੇ ਹੋਰ ਕੀ ਭਲਾ, ਚਾਂਪ ਬਸ। ਯੈਸ ਚੈੱਕ ਕਰੋ, ਸਮੋਸਾ ਚਾਟ ਐਂਡ ਚਾਂਪ ਬਾਅਦ ਚ ਖਾਵਾਂਗੇ। ਯਾਰ ਬਾਹਰ ਸੱਚੀ ਮੌਸਮ ਬਹੁਤ ਖਰਾਬ ਆ, ਮੈਨੂੰ ਪਤਾ ਸੀ, ਬੁਰਾ ਹਾਲ ਆ। ਤੈਨੂੰ ਪਹਿਲਾਂ ਕਿਹਾ ਸੀ, ਮੈਨੂੰ ਤਾਂ ਟੈਨਸ਼ਨ ਹੋ ਰਹੀ ਆ ਕੰਮ ਤੇ ਜਾਣ ਦੀ ਹੁਣ। ਕੋਈ ਨਾ ਆਰਾਮ ਕਰ ਲੈ, ਮੈਂ ਉਹੀ ਮੈਂ ਥੋੜੀ ਜਲਦੀ ਨਿਕਲੂੰਗੀ ਕੰਮ ਤੇ, ਤੇ ਮੈਂ ਥੋੜੀ ਹੌਲੀ ਹੌਲੀ ਗੱਡੀ ਚਲਾਉਂਗੀ ਕੱਲ, ਕਿਉਂਕਿ ਮੈਂ ਸਨੋਅ ਦੇ ਵਿੱਚ ਫਸਟ ਟਾਈਮ ਚਲਾਉਣੀ ਆ, ਹਨਾ। ਤੈਨੂੰ ਤਾਂ ਕਿ ਆਰਾਮ ਨਾਲ ਚਲਾਈ ਬਸ। ਹਾਂ ਚਲੋ ਯਾਰ ਹੁਣ ਆਪਾਂ ਖਾ ਪੀ ਲਈਏ। ਦ ਨੈਕਸਟ ਡੇ ਹੈਗਾ ਹੀ ਕੰਮ ਤੇ, ਇਹ ਨਾ ਸੱਚੀ ਮੈਂ ਫੋਰਕਲਿਫਟ ਤੇ ਇੱਦਾਂ ਬੈਠਾ, ਮੈਨੂੰ ਆਉਂਦੀ ਵੀ ਚਲਾਣੀ, ਲਾਇਸੈਂਸ ਵੀ ਹੈਗਾ ਵਾ, ਸੋ ਦਾ ਚਲਾ ਕੇ ਦਿਖਾਉਂਗਾ, ਬਾਕੀ ਸਨੋਅ ਦਿਖਾ ਦੇ। ਸੋ ਇਹ ਬਲੌਗਸ ਹੈਗੇ ਆ, ਬਲੌਗਸ ਦਿਖਾ ਦੇ ਬਲੌਗਸ। ਸੋ ਇਹ ਮੈਂ ਬਣਾਉਂਦਾ ਵਾ ਬਲੌਗਸ, ਅਤੇ ਹੁਣ ਮੈਂ ਤੁਹਾਨੂੰ ਫੋਰਕਲਿਫਟ ਚਲਾ ਕੇ ਦਿਖਾਊਂਗਾ, ਕਿਉਂਕਿ ਤੁਹਾਨੂੰ ਯਕੀਨ ਨਹੀਂ ਹੋਣਾ, ਕਈਆਂ ਨੇ ਇੱਦਾਂ ਕਮੈਂਟ ਕਰੀ ਜਾਣਾ ਕਿ ਮੈਨੂੰ ਆਉਂਦੀ ਵੀ ਚਲਾਉਣੀ ਵੈਸੇ ਲੱਗਾ। ਸੋ ਓਕੇ
I'm recording right now. ਫਾਈਨਲੀ ਮੇਰੀ ਸ਼ਿਫਟ ਓਵਰ ਹੋ ਚੁੱਕੀ ਸੀ। ਸਵੇਰੇ ਤਾਂ ਇੰਨੀ ਜ਼ਿਆਦਾ ਨਹੀਂ ਸੀਗੀ, ਸਨੋ ਤਾਂ ਵੈਸੇ ਕੱਲ ਦੀ ਹੀ ਪੈਂਦੀ ਪਈ ਆ, ਪਰ ਰਾਤੀ ਮੀਂਹ ਦੇ ਨਾਲ ਨਾ ਸਾਰੀ ਮਤਲਬ ਪਿਘਲ ਗਈ ਸੀਗੀ, ਤੇ ਸਵੇਰੇ ਤਾਂ ਇੰਨਾ ਜ਼ਿਆਦਾ ਨਹੀਂ ਸੀਗਾ, ਸਵੇਰੇ ਤਾਂ ਮੈਂ ਚਲੇ ਗਈ, ਬਟ ਹੁਣ ਫਿਰ ਤੋਂ ਬਹੁਤ ਜ਼ਿਆਦਾ ਸਨੋ ਪੈ ਗਈ ਐਂਡ ਠੰਡ ਇੰਨੀ ਜ਼ਿਆਦਾ ਨਾ, 2 ਮਿੰਟ ਬਾਹਰ ਨਿਕਲੋ ਇੱਦਾਂ ਲੱਗਦਾ ਜੰਮ ਹੀ ਜਾਣਾ ਪੂਰੇ, ਇੰਨੀ ਕੁ ਜ਼ਿਆਦਾ ਠੰਡ ਆ। ਹੁਣ ਮੈਂ ਸ਼ਿਵਮ ਦੇ ਕੰਮ 'ਤੇ ਆਈ ਹੋਈ ਹਾਂ ਸ਼ਿਵਮ ਨੂੰ ਲੈਣ ਵਾਸਤੇ, ਪਰ ਇਹਨਾਂ ਨੇ ਹਲੇ 1 ਘੰਟੇ ਬਾਅਦ ਔਫ ਹੋਣਾ ਵਾ, ਅਤੇ ਮੈਂ ਆਪਣੇ ਕੰਮ ਤੋਂ ਸਿੱਧੀ ਆ ਗਈ ਸੀਗੀ, ਕਿਉਂਕਿ ਮੈਨੂੰ ਸੀਗਾ ਕਿ ਪਹਿਲਾਂ ਮੈਂ ਘਰੇ ਜਾਊਂਗੀ ਫਿਰ ਮੈਂ ਆਊਂਗੀ ਅੱਗੇ, ਮੈਨੂੰ ਇੰਨਾ ਡਰ ਲੱਗਦਾ ਸਨੋਅ 'ਚ ਗੱਡੀ ਚਲਾਉਣ ਤੋਂ, ਮੈਂ ਕਿਹਾ ਹੁਣ ਮੈਂ ਡਾਇਰੈਕਟ ਆਪਣੇ ਕੰਮ ਤੋਂ ਸਿੱਧਾ ਸ਼ਿਵਮ ਦੇ ਕੰਮ 'ਤੇ ਜਾਂਦੀ ਹਾਂ। ਹੁਣ 1 ਘੰਟੇ 'ਚ ਔਫ ਹੋਣਗੇ, ਫਿਰ ਉਸ ਤੋਂ ਬਾਅਦ ਆਪਾਂ ਇਕੱਠੇ ਘਰ ਜਾਵਾਂਗੇ, ਅਤੇ ਉਸ ਤੋਂ ਬਾਅਦ ਇੰਨਾ ਦੁੱਖ ਲੱਗਦਾ ਵਾ ਕਿ ਉਸ ਤੋਂ ਬਾਅਦ ਮੇਰਾ ਕਾਲਜ ਵੀ ਆ, ਮੇਰੀ ਰਾਤ ਦੀ ਕਲਾਸ ਆ। ਮੈਨੂੰ ਇੰਨਾ ਜ਼ਿਆਦਾ ਯਾਰ ਹੁੰਦਾ ਪਿਆ ਨਾ ਕਿ ਸ਼ਿਵਮ ਦਾ ਕੰਮ ਨਾ ਓਪਨ 'ਚ ਆ, ਮਤਲਬ ਕੰਸਟਰਕਸ਼ਨ ਦਾ ਕੰਮ ਆ, ਇੰਨਾ ਖਰਾਬ ਮੌਸਮ ਆ ਅਤੇ ਹਲੇ ਵੀ ਉਹ ਓਪਨ 'ਚ ਕੰਮ ਕਰ ਰਿਹਾ, ਅਤੇ ਕਹਿੰਦੇ ਮੈਂ ਗਲਵਸ ਪਾਏ ਹੋਏ ਆ ਫਿਰ ਵੀ ਮੇਰੇ ਹੱਥ ਇੰਨੇ ਜ਼ਿਆਦਾ ਠਰਦੇ ਪਏ ਆ, ਓਪਨ 'ਚ ਕੰਮ ਕਰਨਾ ਸੱਚੀ ਬਹੁਤ ਔਖਾ। ਹੁਣੇ ਮੈਂ 2 ਮਿੰਟ ਗਈ ਸੀਗੀ ਸ਼ਿਵਮ ਨੂੰ ਕੌਫੀ ਦੇਣ, ਮੈਂ ਫੜਾਉਣ ਗਈ ਸੀਗੀ, ਮੈਂ 2 ਮਿੰਟ ਲੈ ਗਈ ਹਾਂ ਅਤੇ ਮੈਂ ਇੱਕਦਮ ਠਰ ਗਈ, ਅਤੇ ਉਹ ਤਾਂ ਕੰਮ ਹੀ ਉੱਥੇ ਕਰਦੇ ਪਏ ਆ, ਸੱਚੀ ਬਹੁਤ ਡਿਫੀਕਲਟ ਆ ਯਾਰ। ਹਾਏ ਸੀਜ਼ਰ, he is so cute, ਬਹੁਤ ਕਿਊਟ ਹੈਗਾ ਯਾਰ, ਮੈਨੂੰ ਸੱਚੀ ਨੂੰ ਵੇਖ ਕੇ ਨਾ ਟਾਈਜ਼ਨ ਦੀ ਯਾਦ ਆ ਗਈ, ਤੇ ਮੈਂ ਇਹਦੇ ਓਨਰ ਨੂੰ ਕਿਹਾ, ਮੈਂ ਕਿਹਾ ਮੈਂ ਇਹਨੂੰ ਮਿਲਣਾ ਹੈ। Caesar, he is playing with the snow. He's loving it. Yeah. It's cold out though. Yeah. Caesar, you're crazy. Come here. Come here. How old he is? He's 9 weeks. He's like just big, 9 weeks? A baby, yeah. Very big baby. Baby? Oh yeah. ਖੇਡਦਾ ਪਿਆ ਸਨੋਅ 'ਚ, ਮੈਨੂੰ ਇੰਨਾ ਕਿਊਟ ਲੱਗਾ, ਮੈਂ ਸਪੈਸ਼ਲੀ ਗੱਡੀ 'ਚੋਂ ਨਿਕਲ ਕੇ ਆਈ, ਮੈਂ ਕਿਹਾ ਮੈਂ ਇਹਨੂੰ ਦੇਖਣਾ, ਫੇਸ ਕਿਉਂ ਖਾਂਦਾ। ਹਾਂ ਗੱਗੂ, ਸ਼ੀਜ਼ੂ, ਹਾਂ he is just like my dog. Yeah. My dog name is Tyson. Oh, yeah. Cutie. Is he what kind of dog? Do you know? He's Labrador breed. Oh, Labra. Nice. Yeah, nice. Yeah. He's a golden retriever. Oh, he's a retriever? Yeah. So my dog is 5 years old. Oh, wow. Like he was just 25 days when I bought him. Wow. And now he's 5 years. Wow, you've had him the whole time. Yeah, but it has been 1 year. I have not met him. In a year. Wow. ਸੋ ਹੁਣ ਤੁਸੀਂ ਸਾਰੇ ਜਣੇ ਮੇਰਾ ਮਜ਼ਾਕ ਨਾ ਉਡਾਇਓ ਕਿ ਮੈਂ ਇੰਗਲਿਸ਼ ਗਲਤ ਬੋਲੀ, ਮੈਨੂੰ ਜਿੰਨੀ ਕੁ ਆਉਂਦੀ ਆ ਮੈਂ ਬੋਲ ਲੈਂਦੀ ਹਾਂ, ਕੀ ਕਰੀਏ ਇੰਨੀ ਕੀ ਆਉਂਦੀ ਆ ਯਾਰ, ਬਹੁਤ ਜ਼ਿਆਦਾ ਠੰਡ ਆ ਨਾ। ਸਹੀ ਗੱਲ ਆ, ਆ ਜਾਓ ਹੁਣ ਜਲਦੀ ਚੱਲੀਏ ਘਰੇ ਯਾਰ। ਦੀ ਨੈਕਸਟ ਡੇ, ਗੁੱਡ ਮਾਰਨਿੰਗ ਜੀ ਸਾਰਿਆਂ ਨੂੰ, ਤੇ ਸਵੇਰ ਦੇ ਵੱਜ ਗਏ ਆ 6, ਹਜੇ ਤੱਕ ਪੈਂਦੀ ਪਈ ਆ, ਸੋ ਬਹੁਤ ਜ਼ਿਆਦਾ ਔਖਾ ਹੁੰਦਾ ਇੱਥੇ ਤੁਰਨਾ, ਅਤੇ ਮੈਂ ਜਾ ਰਿਹਾ ਸੀ ਕੰਮ 'ਤੇ, ਐਂਜਲ ਚੱਲ ਗਈ ਸੀ 5 ਵਜੇ ਨਹੀਂ ਤਾਂ 4 ਵਜੇ ਗਈ, ਉਹ ਮੈਂ ਕਿਹਾ 4 ਵਜੇ ਨਿਕਲ ਜੀ ਤੂੰ, ਸਵੇਰੇ ਸਨੋਅ ਹੋ ਗਈ ਆ,
ਬਹੁਤ ਜ਼ਿਆਦਾ ਸਨੋਅ ਪੈ ਗਈ ਹੈ ਅਤੇ ਹੁਣ ਮੈਂ ਫਿਰ ਵੀ ਕੰਮ 'ਤੇ ਜਾਣਾ ਜ਼ਰੂਰੀ ਆ। ਇੱਥੇ ਭਾਵੇਂ ਸਨੋਅ ਪਏ ਕੁਛ ਵੀ ਹੋਏ ਪਰ ਕੰਮ ਕਰਨਾ ਹੀ ਜ਼ਰੂਰੀ ਆ। ਬਟ ਮੇ ਬੀ ਅੱਜ ਓਪਨ 'ਚ ਕੰਮ ਨਹੀਂ ਹੋਊਗਾ, ਅੰਦਰ ਹੀ ਹੋਊਗਾ। ਚਲੋ ਦੇਖਦੇ ਹਾਂ, ਬਾਕੀ ਮਜ਼ਾ ਵੀ ਆ ਰਿਹਾ ਬਟ ਥੋੜ੍ਹਾ ਜਿਹਾ ਔਖਾ ਵਾ, ਥੋੜ੍ਹਾ ਜਿਹਾ ਨਹੀਂ ਬਹੁਤ ਜ਼ਿਆਦਾ ਹੀ ਔਖਾ ਆ। ਚੈੱਕ ਕਰੋ ਬੂਟ ਸਾਰੇ ਚਿੱਟੇ ਹੋ ਗਏ। ਲੋ ਗਾਈਜ਼, ਆਪਾਂ ਲੈ ਲਈ ਟਿਮ ਤੋਂ ਕੌਫੀ। ਸੋ ਮੈਂ ਕੰਮ 'ਤੇ ਵੀ ਲੇਟ ਪਹੁੰਚਣਾ ਹੋ ਹੀ ਗਿਆ ਲੇਟ ਹਿਸਾਬ ਦਾ, ਬੂਟ ਲੱਭਣ ਨਹੀਂ ਦੇ। ਚਲੋ ਚੱਲਦੇ ਹਾਂ, ਬਸ ਥੋੜ੍ਹਾ ਲਾਗੇ ਹੀ ਰਹਿ ਗਿਆ, ਬਸ ਪਹੁੰਚ ਜਾਣਾ ਜਲਦੀ ਹੁਣ ਜਲਦੀ ਕੀ, ਲੇਟ ਹੋ ਹੀ ਗਿਆ ਵੈਸੇ ਤਾਂ ਕੋਈ ਨਾ। ਸੋ ਜੀ ਆਪਾਂ ਕੰਮ 'ਤੇ ਪਹੁੰਚ ਗਏ ਹਾਂ, ਹਾਲੇ ਆਪਣਾ ਸੁਪਰਵਾਈਜ਼ਰ ਨਹੀਂ ਆਇਆ, ਇੰਪਲੋਈਜ਼ ਪਹਿਲਾਂ ਹੀ ਪਹੁੰਚ ਗਏ ਆ। ਆਹ ਆਪਣਾ ਬੰਦਾ ਮਸੀਕੋ ਦਾ ਘੈਂਟ, ਇਹ ਆਪਣਾ ਸਤੀਫ, ਸਤੀਫ ਹਾਏ ਸੇ ਹਾਏ ਭਾਈ ਹੋਣੀ ਕਲੀਨ ਕਰਦੇ ਪਏ ਆ ਸਨੋ, ਅਤੇ ਜਿੰਨੇ ਵੀ ਬਲੋਕ ਹੈਗੇ ਸਾਰੇ ਬਾਹਰ ਰੱਖਾਂਗੇ ਅਤੇ ਅੰਦਰ ਕੰਮ ਕਰਾਂਗੇ। ਉਹ ਚੈੱਕ ਕਰੋ ਮੇਰੀ ਹੋਈ ਸੀ ਬ੍ਰੇਕ, ਅਤੇ ਆਪਣਾ ਲੰਚ ਟਾਈਮ ਹੋ ਗਿਆ ਅਤੇ ਮੈਂ ਬਾਹਰ ਆ ਕੇ ਵੇਖਿਆ ਬਹੁਤ ਜ਼ਿਆਦਾ ਸਨੋ ਪੈ ਗਈ ਆ। And it's not stopping yet. It's lighter, but it's not stopping yet. Yeah. It's going to stop probably around 4 o'clock. ਕਿੰਨਾ ਸੋਹਣਾ ਲੱਗਦਾ ਪਿਆ ਹੈ ਨਾ? Maybe earlier. ਇਹ ਤੋਂ ਕਲੀਨ ਕਰਤੀ ਆ। Wow. All right. ਲੰਚ ਟਾਈਮ ਹੋ ਗਿਆ। ਹੂੰ. It's warmer out. It's not too bad. ਸਨੋ ਹੋ ਗਈ ਜ਼ਿਆਦਾ। What the fuck? Too much. Let's go. Let's go. ਜ਼ਿੰਦਗੀ 'ਚ ਪਹਿਲੀ ਵਾਰੀ ਇੰਨੀ ਸਨੋਅ ਵੇਖੀ ਆ। ਉਹ ਕਿੰਨੀ ਅੱਗੇ ਚੱਲ ਗਏ, ਆਪਾਂ ਪਿੱਛੇ ਰਹਿ ਗਏ ਹਾਂ। ਸੋਹਣੀ ਵੀ ਲੱਗਣ ਦੀ ਆ, ਨਹੀਂ ਵੀ ਸੋਹਣੀ ਲੱਗਣ ਦੀ। ਬਾਕੀ ਜੇ ਤੁਹਾਨੂੰ ਸਾਰਿਆਂ ਨੂੰ ਵਲੋਗ ਵਧੀਆ ਲੱਗਦਾ ਹੋਊਗਾ ਤਾਂ ਲਾਈਕ ਮੈਂ ਸ਼ੇਅਰ ਜ਼ਰੂਰ ਕਰਿਓ। ਹੇ ਫਲਿੱਪੇ, ਕਮ ਹੇਅਰ। ਆਖੋ ਕਿੱਦਾਂ ਆਉਂਦੇ ਆ, ਇੱਕ ਤਾਂ ਵੀਡੀਓ ਬਣਾਉਂਦੀ ਪੈ ਜਾਂਦੀ ਇਹਨਾਂ ਨੂੰ। ਅੱਜ ਨਾਲੇ ਜਲਦੀ ਛੁੱਟੀ ਹੋ ਗਈ ਸੀ 2 ਵਜੇ ਜੀ, ਮੇ ਬੀ ਕੱਲ੍ਹ ਛੁੱਟੀ ਆ, ਕੱਲ੍ਹ ਵੀ ਸਨੋਅ ਆ ਅਤੇ ਪਰਸੋਂ ਵੀ ਸਨੋਅ ਆ। ਵਿਊ ਕਿੰਨਾ ਸੋਹਣਾ ਹੈਗਾ ਨਾ, ਇਹ ਸੋਹਣਾ ਹੀ ਆ ਬਸ, ਜਿਹੜੇ ਇੱਥੇ ਰਹਿੰਦੇ ਉਹਨਾਂ ਨੂੰ ਪਤਾ ਹੀ ਆ ਕੀ ਆ। ਉਹ ਫੋਟੋ ਖਿੱਚਣ ਦਿਆ, ਲੰਮੇ ਪੈ ਕੇ ਖਿੱਚ, ਲੰਮੇ ਪੈ ਕੇ ਚਲ ਆ ਜਾ। ਇਹਨੂੰ ਮੈਂ ਪੰਜਾਬੀ ਸਮਝ ਨਹੀਂ ਆਉਂਦੀ, ਮੈਂ ਐਵੇਂ ਭੋਰੀ ਜਾਂਦਾ ਪੰਜਾਬੀ। ਹੈਗਾ ਮਸੀਕੋ ਦਾ ਮੁੰਡਾ, ਬਸ ਵਧੀਆ ਹੈਗਾ ਏ। ਯੂ ਆਰ ਨਾਈਸ ਪਰਸਨ। ਥੈਂਕ ਯੂ, ਯੂ ਟੂ ਮੈਨ। ਯੋ ਲੈਟਸ ਗੋ। ਵਾਹ ਵੀ ਵਾਹ। ਇਹਨੂੰ ਕਹਿੰਦੇ ਆ ਕੈਨੇਡਾ। ਡਿੱਗਣਾ ਜਮਾ, ਆਜਾ ਆਜਾ। ਏਂਜਲ ਵੈਸੇ ਆ ਗਈ ਹੋਣੀ ਆ ਸ਼ਾਇਦ, ਪਤਾ ਨਹੀਂ ਆ ਕਿੰਨੇ ਵਜੇ ਆਉਣਾ ਸੀ ਉਹਨੇ, ਸਵੇਰ ਦੀ ਗਈ ਸੀ 4 ਵਜੇ ਦੀ, ਮੈਨੂੰ ਲੱਗਦਾ ਨਹੀਂ ਹਲੇ ਆਈ ਹੋਣੀ। ਚਲੋ ਹੁਣ ਵੇਖ ਕਿੱਦਾਂ ਭੱਜੀਂਦਾ ਜੀ। ਮੰਮਾ ਮੈਨੂੰ ਪਿੱਛੇ ਛੱਡਤਾ ਜੀ, ਰੁਕ ਜਾ, ਵੇਟ ਬ੍ਰੋ ਵੇਟ। ਇੱਕ ਤਾਂ ਇਹਨਾਂ ਨੂੰ ਨਾ ਪੰਜਾਬੀ ਸਮਝ ਨਹੀਂ ਲੱਗਦੀ, ਅਤੇ ਹੁਣ ਯਾਰ ਪਹੁੰਚ ਜਾਈਏ ਘਰੇ। ਹੁਣ ਆਪਾਂ ਗੱਡੀ ਕਲੀਨ ਕਰਾਂਗੇ। ਹਾਂਜੀ, ਮੈਂ ਤਾਂ ਕੰਮ ਤੋਂ ਆ ਗਈ ਸੀਗੀ ਪਰ ਮੈਂ ਬਹੁਤ ਔਖੀ ਆਈ ਹਾਂ, ਮੈਨੂੰ ਪੁੱਛੋ ਮੈਂ ਕਿੱਦਾਂ ਆਈ ਹਾਂ। ਅਤੇ ਸਵੇਰੇ 5 ਵਜੇ ਮੇਰੀ ਫਿਰ ਤੋਂ ਸ਼ਿਫਟ ਆ, ਅਤੇ ਆਪਾਂ ਇੱਧਰੋਂ ਦੀ ਥੋੜ੍ਹਾ ਕਲੀਨ ਕਰਨ ਲੱਗੇ ਹਾਂ, ਪਹਿਲਾਂ ਗੱਡੀ ਕਰਨੀ ਆ। ਗੱਡੀ ਢੇਰੀ ਉੱਧਰ ਲਾਵੇ,
ਕਿਉਂਕਿ ਸਵੇਰ ਤੱਕ ਇਹ ਜੰਮ ਗਈ, ਫਿਰ ਇਹਨੂੰ ਚੱਕਣਾ ਔਖਾ ਹੋਇਆ ਨਾ। ਹੁਣ ਤਾਂ ਸਨੋ ਸੌਫਟ ਹੈਗੀ ਆ, ਚੱਕੀ ਜਾਣੀ ਆ। ਹੁਣੇ ਕੰਮ ਤੋਂ ਆਇਆ ਤੇ ਕੰਮ ਤੇ ਲਵਾਤਾ ਇੱਥੇ ਆ ਕੇ, ਤੇ ਬਾਅਦ ਜੋ ਜੰਮ ਗਈ ਤੇ ਚੱਕੀ ਵੀ ਨਹੀਂ ਜਾਣੀ, ਹੁਣ ਤਾਂ ਚੱਕੀ ਜਾਊਗੀ। ਥੱਕ ਗਏ ਹੋ? ਤੂੰ ਆ, ਇਹ ਕੀ ਕਰਨ ਦੀ ਆ, ਇਹ ਕੀ ਪੈਂਦੀ ਆ ਸਨੋ ਵੇ, ਫਿਰ ਮੈਂ ਤਾਂ ਸਾਫ ਵੀ ਕਰਾਉਂਗਾ ਲਿਆ ਕੇ। ਸ਼ਿਮਲਾ ਮਿਰਚ ਬਣਾਈ ਆ, ਉਹ ਵੀ ਤੁਸੀਂ ਬਣਾਈ? ਮੈਂ ਕਿਹਾ ਕੰਮ ਤੋਂ ਆਇਓ, ਖਾ ਲੋ ਪਹਿਲਾਂ ਕੁਛ, ਫਿਰ ਕਰ ਲਿਓ। ਇਹ ਕੰਮ ਵੀ ਕਰ ਲਾ ਦਿਖਦਾ ਮੇਰਾ ਪੈਰ ਆਪਣੇ ਸਬਸੇ ਪਹਿਲੇ ਤੋਂ ਘਬਰਾਉਣਾ ਨਹੀਂ ਹੈ ਨਾ, ਹੁਣ ਸਾਨੂੰ ਘਬਰਾਉਂਦੇ, ਹੁਣ ਸਾਡਾ ਬੰਦਾ ਮਸਟੈਂਗਾਂ ਨੂੰ ਅਲੱਗ ਜਾਣੇ ਤਾਰੇ, ਮਸਟੈਂਗਾਂ ਨੂੰ ਅਲੱਗ ਜਾਣੇ ਤਾਰੇ, ਵਿੰਟਰ ਆਉਣ ਵਾਲੇ ਆ, ਹੁਣ ਫੁੱਕਣਗੇ ਰੂਬੀਕੋਨ। ਵੈਸੇ ਸਾਡੀ ਜੀਪ ਆ ਰੂਬੀਕੋਨ ਦੀਆਂ, ਚੱਲ ਇੱਕੋ ਹੀ ਗੱਲ ਹੋ ਗਈ। ਨਹੀਂ ਯਾਰ, ਉਹੀ ਇਹ ਗਾਣਾ ਕਿਸੇ ਨੇ ਗਾਇਆ ਸੀਗਾ, ਮੈਂ ਤਾਂ ਕਰਕੇ ਗਾ ਰਹੀ ਹਾਂ, ਅਤੇ ਕੋਈ ਗੁੱਸਾ ਨਾ ਕਰਿਓ ਹੈ ਨਾ ਵੀ ਮੈਂ ਇਹ ਗਾਣਾ ਕਿਉਂ ਗਾ ਰਹੀ ਹਾਂ। ਸਾਰੀਆਂ ਹੀ ਗੱਡੀਆਂ ਵਧੀਆ ਹੁੰਦੀਆਂ ਹੈ ਨਾ, ਉਹ ਰਹਿਣ ਦੋ ਤੁਸੀਂ। ਅੱਗੇ ਲੋਕੀ ਕਹੀ ਜਾਂਦੇ ਕਿਸ਼ਤਾਂ ਤਾਰ ਲਓ, ਕਿਸ਼ਤਾਂ ਤਾਰ ਲਓ ਭਰਾਵਾ, ਪਹਿਲਾਂ ਏਰੀਆ ਤਾਰ ਲਈਏ ਫਿਰ ਵੇਖਾਂਗੇ। ਆ ਕੀ ਕਰਨ ਦੀ ਆ, ਲੈ ਪਾਗਲ ਜੀ, ਕੰਧ ਥੋੜੀ ਨਾ ਜਿਹੜਾ ਟੱਪਣ ਨਹੀਂ ਆ, ਉੱਠ ਲੈ ਉੱਠ ਸੁਦੈਨ ਜੀ, ਕਹਿੰਦੀ ਮੈਂ ਸਾਫ਼ ਕਰਦੀ ਹਾਂ, ਕਰ ਹੁਣ ਸਾਫ਼। ਆ ਵੇਖੋ ਸਾਫ਼ ਕਰਾ ਤੇ ਹੋਰ ਲੈ, ਬਰਫ਼ ਨਾਲ ਤੇ ਆਪ ਗਿੱਲੀ ਹੋ ਗਈ ਆ। ਰਹਿਣ ਦੇ ਤੇਰੇ ਵੱਸ ਦਾ ਕੰਮ ਨਹੀਂ ਗਾ, ਤੂੰ ਨਾ ਕਰਿਆ ਕਰ। ਆਲਮੋਸਟ ਗੱਡੀ ਇਹਨਾਂ ਨੇ ਕਰ ਦਿੱਤੀ ਕਲੀਨ, ਹੈ ਨਾ ਔਖਾ ਨਾ। ਵੈਸੇ ਇਹ ਚੀਜ਼ ਆਪਾਂ ਪਹਿਲੀ ਵਾਰ ਐਕਸਪੀਰੀਅੰਸ ਕਰਦੇ ਪਏ ਹਾਂ, ਕਿਉਂਕਿ ਪਿਛਲੀ ਵਾਰ ਮੈਂ ਸਨੋਅ ਵੇਖੀ ਸੀ ਪਰ ਉਦੋਂ ਗੱਡੀ ਨਹੀਂ ਸੀ ਹੈਗੀ, ਫਿਰ ਸਾਨੂੰ ਆਹ ਕੁਛ ਨਹੀਂ ਕਰਨਾ ਪਿਆ ਹੈ ਨਾ, ਫਿਰ ਤਾਂ ਬੱਸ 'ਤੇ ਜਾਣਾ ਹੁੰਦਾ, ਬੰਦਾ ਤੁਰ ਕੇ ਚੱਲ ਜਾਂਦਾ ਸਟੋਪ ਤੱਕ। ਬਟ ਹੁਣ ਸਾਨੂੰ ਪਤਾ ਕਿ ਸਵੇਰੇ ਔਖੇ ਹੋਵਾਂਗੇ ਜਦੋਂ ਇਹ ਜੰਮ ਗਈ, ਅਤੇ ਹੁਣ ਇਸ ਵਾਰ ਕਰਨਾ ਪੈ ਰਿਹਾ। ਹੁਣ ਆਪਾਂ ਅੰਦਰ ਆ ਗਏ ਸੀ ਅਤੇ ਆਹ ਪਤਾ ਨਹੀਂ ਕੀ ਕਰੀ ਜਾਂਦੀ ਆ, ਇਹਨੂੰ ਵੀ ਟੋਪੀ ਪਵਾਤੀ, ਠੰਡ ਬਹੁਤ ਆ। ਕਿਊਟ ਲੱਗ ਰਿਹਾ ਨਾ, ਦੱਸੋ। ਪਾਗਲ ਜੀ, ਮੈਂ ਯਾਰ ਬਹੁਤ ਠੰਡ 'ਚ ਬੈਠੀ ਆ, ਹੈਡ ਉਹ ਜਾ ਯਾਰ, ਮੈਂ ਇਹਦੇ ਨਾਲ ਖਿਚਾਣੀ ਆ, ਬਹੁਤ ਕਿਊਟ ਆ, ਤੁਸੀਂ ਤਾਂ ਮੇਰੇ ਨਾਲ ਖਿਚਾਉਂਦੇ ਨਹੀਂ। ਇੱਕ ਤਾਂ ਫੋਟੋਆਂ 'ਚ ਤੈਨੂੰ ਬਹੁਤ ਜ਼ਿਆਦਾ ਅੱਗ ਲੱਗ ਜਾਂਦੀ ਆ, ਬੈਠਾ ਹੋਇਆ ਹੈ ਨਾ, ਗੂਗਲੂ ਜਿਹਾ ਖਿੱਚ ਦੋ।